ਦੀ ਪਹੁੰਚ ਜੀ ਸਾਰੇ ਲਾਈਵ ਕਲਾਸ ਦਾ ਸਮਾਂ ਹੋ ਚੁੱਕਾ ਜੀ ਕਲਾਸ ਨੰਬਰ 50 ਲੈ ਕੇ ਹਾਜ਼ਰਾਂ ਤੁਹਾਡੇ ਅੱਗੇ ਪੰਜਾਬੀ ਰਿਵੀਜ਼ਨ ਕਲਾਸ ਆਪੀਆਂ ਚੱਲ ਰਹੀਆਂ ਨੇ ਸੋ ਜਲਦੀ ਤੋਂ ਜਲਦੀ ਜੁਆਇਨ ਕਰੋ ਜੋ ਵੀ ਤੁਹਾਡਾ ਫਰੈਂਡ ਸਰਕਲ ਹੈ ਗਰੁੱਪ ਨੇ ਉਹਨਾਂ ਦੇ ਵਿੱਚ ਸ਼ੇਅਰ ਕਰ ਦਿਓ ਵੀਡੀਓ ਦਾ ਲਿੰਕ ਤਾਂ ਕਿ ਸਾਰੇ ਜਲਦੀ ਪਹੁੰਚ ਸਕਣ ਬਿਮਲ ਜੀ ਗੋਇਲ ਜੀ ਜੀ ਜਾਨਸ ਜਾਨਸਪ੍ਰੀਤ ਓਕੇ ਨੀਲੂ ਜੀ ਸਤਵੀਰ ਜੀ ਨਵੀਨ ਜੀ ਸੁਮਨ ਜੀ ਸਾਦਰ ਜੀ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਵੈਰੀ ਗੁੱਡ ਈਵਨਿੰਗ ਸਤਿ ਸ਼੍ਰੀ ਅਕਾਲ ਚਲੋ ਜੀ ਜਲਦੀ ਤੋਂ ਜਲਦੀ ਪਹੁੰਚੋ ਜਿਨ੍ਹਾਂ ਨੇ ਆਪਣਾ ਟੈਲੀਗ੍ਰam ਗਰੁੱਪ ਜੁਆਇਨ ਨਹੀਂ ਕਰਿਆ ਹੋਇਆ ਜੁਆਇਨ ਕਰ ਲੈਣ ਇਸ ਤੋਂ ਲਾਵਾ ਜਿਨ੍ਹਾਂ ਨੇ ਵੈਬਸਾਈਟ ਵਿਜ਼ਿਟ ਨਹੀਂ ਕੀਤੀ ਉਹ ਵੈਬਸਾਈਟ ਵਿਜ਼ਿਟ ਕਰਦੇ ਰਹਿਣ ਤਾਂ ਕਿ ਤੁਸੀਂ ਆਪਣਾ ਖੁਦ ਦਾ ਟੈਸਟ ਲੈ ਸਕੋ ਤੇ ਇਹ ਪਰਖ ਸਕੋ ਕਿ ਕਿੰਨੇ ਕੋ ਨੌਲੇਜ ਹੈ ਚਲੋ ਜੀ ਸਮਾਂ ਨਾ ਗਵਾਉਂਦੇ ਹੋਏ ਸ਼ੁਰੂ ਕਰੀਏ ਜੀ ਅੱਜ ਦੀ ਕਲਾਸ ਵੱਧਦੇਮ ਪਹਿਲੇ ਕੁਐਸਚਨ ਦੇ ਨਾਲ ਆਇਦਾ ਆਪਣਾ ਪਹਿਲਾ ਕੁਐਸਚਨ ਹੈ ਜੀ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਸ਼ਬਦ ਰਚੇ ਕਰੋ ਜੀ ਆਨਸਰ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਸ਼ਬਦ ਰਚੇ 978 976 879 678 ਅਨਸਰ ਜੋ ਵੀ ਹੈ ਹਾਂਜੀ ਬੀ ਆਪਸ਼ਨ ਵੱਲ ਜਾ ਰਹੇ ਹਾਂ ਸਾਰੇ 976 ਫਟਾਫਟ ਅਨਸਰ ਆਉਣ ਦਿਓ ਜੀ ਤਾਂ ਕਿ ਫਟਾਫਟ ਅਗਲੇ ਕੁਐਸਚਨ ਤੇ ਜਾ ਸਕੀਏ ਤੇ ਜਲਦੀ ਤੇ ਜਲਦੀ ਕਲਾਸ ਵੀ ਔਰ ਹੋ ਸਕੇ ਸਹੀ ਟਾਈਮ ਤੇ ਠੀਕ ਹੈ ਜੀ ਸੋ ਚਲੋ ਜੀ ਬੀ ਅਨਸਰ ਜਿਹੜੇ ਵੀ ਕਰ ਰਹੇ ਨੇ ਸਾਰੇ கரੈਕਟ ਹੈ ਜੀ 976 ਕੁਐਸਚਨ ਨੰਬਰ 2 ਦੇ ਵੱਲ ਵੱਧਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕਵੈਸਚਨ ਨੰਬਰ 2 ਹੈ ਜੀ ਗੁਰੂ ਅੰਗਦ ਦੇਵ ਜੀ ਨੇ ਕਿੰਨੇ ਸ਼ਲੋਕਾਂ ਦੀ ਰਚਨਾ ਕੀਤੀ ਹਾਂਜੀ ਗੁਰੂ ਅੰਗਦ ਦੇਵ ਜੀ ਨੇ ਕਿੰਨੇ ਸ਼ਲੋਕਾਂ ਦੀ ਰਚਨਾ ਕੀਤੀ ਥੋੜਾ ਜਿਹਾ ਡਾਊਟਫੁਲ ਹੈ ਕਵੈਸਚਨ ਕਿਉਂਕਿ ਦੋਵੇਂ ਆਨਸਰ ਮਿਲਦੇ ਆ ਸੀ ਤੇ ਡੀ ਇਸ ਕਰਕੇ ਕਨਫਿਊਜ਼ਨ ਵਾਲਾ ਕਵੈਸਚਨ ਕਹਿ ਸਕਦੇ ਹੋ ਬਾਕੀ ਜੋ ਵੀ ਫੈਸਲਾ ਹੋਵੇਗਾ ਉਹ ਬੋਰਡ ਤੇ ਡਿਪੈਂਡ ਕਰੇਗਾ ਕਿ ਉਹ ਕੀ ਆਨਸਰ ਕਰ ਰਿਹਾ ਹੈ ਇੱਕ ਵਾਰ ਮੈਂ ਵੀ ਇੱਥੇ ਡੀ ਆਨਸਰ ਕਰ ਰਿਹਾ ਵੈਸੇ ਮੋਸਟਲੀ ਸੀ ਆਨਸਰ ਤੁਹਾਡਾ ਆ ਰਿਹਾ ਠੀਕ ਦੋਵੇਂ ਆ ਸੀ ਵੀ ਹੈ ਤੇ ਡੀ ਵੀ ਹੈ ਇਸ ਕੁਐਸਚਨ ਨੂੰ ਕਲੀਅਰ ਕਰਨ ਦੇ ਲਈ ਮੈਂ ਇੱਕ ਟ੍ਰਿਕ ਸੋਚੀ ਸੀ ਥੋੜੀ ਜੀ ਬਟ ਉਹ ਕਾਮਯਾਬ ਅਜੇ ਤੱਕ ਨਹੀਂ ਹੋ ਸਕੀ ਕਿ ਜਿਹੜੇ ਪਾਠੀ ਹੁੰਦੇ ਆ ਉਹਨਾਂ ਨੂੰ ਪੁੱਛ ਲਿਆ ਜਾਵੇ ਕਿਉਂਕਿ ਉਹਨਾਂ ਨੂੰ ਤਾਂ ਪਤਾ ਹੀ ਹੋਵੇਗਾ ਕਿ ਕਿੰਨੇ ਦਰਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਤੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਵੀ ਕਲੀਅਰ ਨਹੀਂ ਕਰ ਸਕੇ ਸੋ ਜੇਕਰ ਤੁਹਾਡੀ ਨਿਗਾਹ 'ਚ ਕੋਈ ਇਸ ਤਰ੍ਹਾਂ ਦਾ ਪ੍ਰਸ਼ਨ ਹੈ ਤਾਂ ਉਹਨਾਂ ਤੋਂ ਜ਼ਰੂਰ ਕਲੀਅਰ ਕਰਿਆ ਜੇ ਤਾਂ ਕਿ 62 ਜਾਂ 63 ਇੱਕ ਸ਼ਿਉਰਟੀ ਤੇ ਆਪਾਂ ਪਹੁੰਚ ਸਕੀਏ ਤੇ ਸਹੀ ਆਨਸਰ ਕੀ ਹੈ ਉਹ ਆਪਾਂ ਕਰ ਸਕੀਏ ਜਿਹੜਾ 63 ਆਨਸਰ ਮੈਂ ਕਰ ਰਿਹਾ ਇਹ ਜਿਹੜਾ ਸੈਕ ਮਿਸ਼ਨਰੀ ਕਾਲਜ ਲੁਧਿਆਣਾ ਹੈ ਉਹਦੇ ਵੱਲੋਂ 68 ਹੀ ਦੱਸੀਆਂ ਜਾਂਦੀਆਂ ਨੇ ਇਸ ਕਰਕੇ ਮੇਰਾ ਵੀ ਆਨਸਰ 68 ਹੀ ਹੋਵੇਗਾ ਕਿਉਂਕਿ ਉਹ ਸਿੱਖ ਧਰਮ ਨੂੰ ਸਿੱਖ ਧਰਮ ਦਾ ਪ੍ਰਚਾਰ ਕਰ ਰਹੀ ਇੱਕ ਆਰਗੇਨਾਈਜੇਸ਼ਨ ਹੈ ਸੋ ਚਲੋ ਜੀ ਵੱਧਦੇ ਤੀਜੀ ਕੁਐਸਚਨ ਦੇ ਵੱਲ ਕੁਐਸਚਨ ਨੰਬਰ 3 ਗੁਰੂ ਅਮਰਦਾਸ ਜੀ ਦੀ ਸ਼ਾਕਰ ਰਚਨਾ ਕਿਹੜੀ ਹੈ ਏ ਆਪਸ਼ਨ ਆਨੰਦ ਸਾਹਿਬ ਬੀ ਆਪਸ਼ਨ ਵਾਰਾਂ ਸੀ ਆਪਸ਼ਨ ਪੱਟੀ ਡੀ ਆਪਸ਼ਨ ਅਸ਼ਟਪਦੀਆਂ ਗੁੱਡ ਈਵਨਿੰਗ ਜੀ ਹੈਲੋ ਜੀ ਤਿੰਨ ਦਾ ਇਹ ਆਪਸ਼ਨ ਆ ਰਿਹਾ ਜੀ ਆਨੰਦ ਸਾਹਿਬ ਹਾਂਜੀ ਤਿੰਨ ਨੰਬਰ ਦੇ ਲਈ ਏ ਆਪਸ਼ਨ ਬਿਲਕੁਲ கரெਕਟ ਹੈ ਜੀ ਕੁਐਸਚਨ ਨੰਬਰ 4 ਦੇ ਬਲਵੱਦ ਹੈ ਜੀ ਕੁਐਸਚਨ ਨੰਬਰ 4 ਹੈ ਜੀ ਆਨੰਦਪੁਰ ਸਾਹਿਬ ਲਈ ਗੁਰੂ ਜੀ ਨੇ ਕਿਸ ਪਿੰਡ ਦੀ ਜ਼ਮੀਨ ਖਰੀਦੀ ਕੋਈ ਗੱਲ ਨਹੀਂ ਬਲਵਿੰਦਰ ਜੀ ਅੱਜ ਦੇਖ ਹੀ ਲਈ ਹੋਣੀ ਤੁਸੀਂ ਵੀਡੀਓ ਨਹੀਂ ਦੇਖੀ ਤਾਂ ਦੇਖ ਲਿਆ ਜੇ 4 ਨੰਬਰ ਲਈ অপশন এ ਆ ਰਿਹਾ ਜੀ ਮਖੋਵਾਲ हां जी ਆਨੰਦਪੁਰ ਸਾਹਿਬ ਲਈ ਗੁਰੂ ਜੀ ਨੇ ਕਿਸ ਪਿੰਡ ਦੀ ਜ਼ਮੀਨ ਖਰੀਦੀ ਆਨਸਰ ਆਨੰਦਪੁਰ ਸੌਰੀ ਮਖੋਵਾਲ ਬਿਲਕੁਲ ਸਹੀ ਹੈ ਜੀ এ অপশন ਕੁਐਸਚਨ ਨੰਬਰ 5 ਦੇ ਵੱਲ ਵੱਧਦੇ ਹਾਂ ਜੀ 5 ਨੰਬਰ ਹੈ ਜੀ ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਂ ਕੀ ਸੀ এ অপশন ਭਾਈ ਲੈਣਾ ਜੀ ਬੀ অপশন ਭਾਈ ਜੇਠਾ ਜੀ ਸੀ অপশন ਭਾਈ ਜੋਧ ਜੀ ਜੋਧ ਸਿੰਘ ਤੇ ਡੀ অপਸ਼ਨ ਤਿਆਗ ਮਲ ਜੀ ਕੀ ਪੁੱਛ ਰਿਹਾ ਜੀ ਕਿੰਨੇ ਗੁਰੂ ਬੀ অপਸ਼ਨ ਆ ਰਹੀ ਜੀ ਭਾਈ ਜੇਠਾ ਜੀ ਬਿਲਕੁਲ ਜੀ ਕਰੈਕਟ ਹੈ ਜੀ ਅਨਸਰ ਭਾਈ ਜੇਠਾ ਜੀ ਕੁਐਸਚਨ ਨੰਬਰ 6 ਦੇ ਬਲ ਵੱਧ ਦੇ ਆ ਜੀ 6 ਨੰਬਰ ਜੀ ਪੱਟੀ ਦਾ ਪਹਿਲਾ ਅੱਖਰ ਕਿਹੜਾ ਹੈ ਜੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਜੀ ਪੱਟੀ ਸੋ ਉਹਦਾ ਪਹਿਲਾ ਅੱਖਰ ਕਿਹੜਾ ਹੈ ਜੀ ਊੜਾ ਏੜਾ ਸੱਸਾ ਪੱਪਾ ਮੱਖਵੜ ਹਗੇ ਜੀ ਅੰਸਰ ਸੀ ਆਪਸ਼ਨ ਹਾਂਜੀ ਸੀ ਆਪਸ਼ਨ ਆ ਰਿਹਾ ਜੀ ਸੱਸਾ ਬਿਲਕੁਲ ਜੀ ਸਹੀ ਆਪਸ਼ਨ ਸੀ 6 ਨੰਬਰ ਦੇ ਲਈ ਜਿਹੜੇ ਵੀ ਸੱਸਾ ਚੂਜ਼ ਕਰ ਰਹੇ ਨੇ ਸੀ অপশন ঠিক ਹੈ ਜੀ क्वेश्चन नंबर 7 ਦੇ ਬਲ ਵਦਿਆਂ ਜੀ ਆਖਰੀ ਸਮਨ ਜੀ ਦਾ ਵੀ নোট ਕਰ ਲਓ ਪੁਆਇੰਟ ਕਿਉਂਕਿ ਆਖਰੀ ਵੀ ਪੁੱਛਿਆ ਜਾ ਸਕਦਾ ਹੈ ਜੀ क्वेश्चन नंबर 7 ਆਨੰਦਪੁਰ ਸਾਹਿਬ ਦਾ ਪੁਰਾਣਾ ਨਾਂ ਕੀ ਸੀ ਏ অপশন ਚੱਕ ਨਾਨਕੀ ਬੀ অপশন ਮਾਖੋਵਾਲ ਸੀ অপশন ਆਨੰਦਪੁਰ ਸਾਹਿਬ ਤੇ ਡੀ অপশন ਇਹਨਾਂ ਵਿੱਚੋਂ ਕੋਈ ਵੀ ਨਹੀਂ ਤੋ ਪਿਛਲੀ ਵਾਰ ਜਦੋਂ ਇਹ ਕੁਐਸਚਨ ਕਰਵਾਇਆ ਸੀ ਤਾਂ ਥੋੜੀ ਕਨਫਿਊਜ਼ਨ ਕਰਕੇ ਆਨਸਰ ਗਲਤ ਰਹਿ ਗਿਆ ਸੀ ਕਦੋਂ ਹੋਣਗੇ ਜੀ ਇਸ ਬਾਰੇ ਕੁਝ ਕਨਫਰਮੇਸ਼ਨ ਨਹੀਂ ਹੈ ਜੀ ਅਮਨ ਜੀ ਤੋ ਅਮਨ ਜੀ ਨਿਊ ਵੀਟਰ ਲੱਗਦੇ ਆ ਸਾਡੇ ਚੈਨਲ ਤੇ ਨਵੇਂ ਵੀਟਰ ਜੋ ਵੀ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਉਣਾ ਨਾ ਭੁੱਲਣ ਜੀ ਹਾਂਜੀ ਇਹ ਤੇ ਬੀ ਦੋਹਾਂ ਦੇ ਵਿੱਚ ਥੋੜੀ ਜਿਹੀ ਕਨਫਿਊਜ਼ਨ ਰਹੀ ਪਿਛਲੀ ਵਾਰ ਵੀ ਬਟ ਐਤ ਕੀ ਥੋੜਾ ਜਿਹਾ ਕਲੀਅਰ ਹੋਰ ਕਰਕੇ ਲੈ ਆਇਆ ਹਾਂ ਜਿਹੜਾ ਪੁਰਾਣਾ ਨਾਂ ਸੀ ਮੱਖੋਵਾਲ ਹੀ ਸੀ ਉਸ ਤੋਂ ਬਾਅਦ ਸੇਗਵਦਰਜੀ ਨੇ ਚੱਕ ਨਾਨਕੀ ਰੱਖ ਦਿੱਤਾ ਸੀ ਸੋ ਬੀ ਆਪਸ਼ਨ ਹੀ ਕਰੈਕਟ ਰਹੇਗਾ ਠੀਕ ਹੈ ਜੀ ਮੱਖੋਵਾਲ ਕੁਐਸਚਨ ਨੰਬਰ 8 ਦੇ ਬਲਵੱਦਿਆਂ ਜੀ ਇਹਦੇ ਵਿੱਚ ਹੀਠਾ ਵੀ ਰੋਂਗ ਲਿਖਿਆ ਹੋਇਆ ਹੈ ਇਸ ਤੇ ਨਾ ਜਾਇਓ ਇਹ অপਸ਼ਨ ਗਲਤ ਲਿਖੀ ਹੋਈ ਹੈ ਇੱਥੇ ਠੀਕ ਹੈ ਜੀ ਲਾਡੀ ਜੀ ਅਜ ਵੀ ਗੋਲ ਚੱਕਰ ਘੁੰਮ ਰਿਹਾ ਜੀ ਦੇਖੋ ਜੀ ਵੀਡੀਓ ਨੂੰ ਕੱਟ ਕੁਆਲਿਟੀ ਤੇ ਚਲਾ ਲਓ ਇਹੀ ਹੱਲ ਹੈ ਤੇ ਜਾਂ ਫਿਰ ਕੱਟ ਕੇ ਇੱਕ ਵਾਰ ਦੁਬਾਰਾ ਚਲਾ ਲਓ ਤਾਂ ਕਿ ਸਹੀ ਚੱਲ ਜਾਵੇ ਕੁਐਸਚਨ ਨੰਬਰ 8 ਐਸਐਸਟੀ ਨਹੀਂ ਕਰਵਾ ਰਹੇ ਹਾਂ ਜੀ ਮਣੀ ਜੀ ਹਾਂ ਜੀ 8 ਨੰਬਰ ਹੈ ਜੀ ਗੁਰੂ ਅੰਗਦ ਦੇਵ ਜੀ ਨੇ ਕਿਸ ਵਿਅਕਤੀ ਤੋਂ ਜਨਮ ਸਾਖੀ ਲਿਖਵਾਈ ਏ ਆਪਸ਼ਨ ਭਾਈ ਮਣੀ ਸਿੰਘ ਬੀ ਆਪਸ਼ਨ ਭਾਈ ਬਾਲੇ ਤੋਂ ਸੀ ਆਪਸ਼ਨ ਸੱਤਾ ਤੇ ਬਲਵੰਡ ਤੇ ਡੀ ਆਪਸ਼ਨ ਭਾਈ ਗੁਰਦਾਸ ਹਾਂਜੀ ਆਨਸਰ ਆ ਰਿਹਾ ਜੀ ਬੀ ਮੋਸਟਲੀ ਭਾਈ ਬਾਲੇ ਤੋਂ ਬਿਲਕੁਲ கரੈਕਟ ਆਨਸਰ ਹੈ ਜੀ ਬੀ ਆਪਸ਼ਨ ਕੁਐਸਚਨ ਨੰਬਰ 9 ਦੇ ਵੱਲ ਵੱਧਦੇ ਹਾਂ ਜੀ ਸੋ ਹੁਤਾ ਸਾਬ ਜੀ ਸਰ ਜੀ ਸਮੇਂ ਦੀ ਪ੍ਰੋਬਲਮ ਹੈ ਜੀ ਵੈਸੇ ਵੀ ਇੱਕ ਸਬਜੈਕਟ ਤੇ ਫੋਕਸ ਕਰਿਆ ਜਾਵੇ ਤਾਂ ਬੈਟਰ ਰਹਿੰਦਾ ਹੈ ਜੀ ਹਮੇਸ਼ਾ ਪਰ ਕੁਛ ਦਾ ਹੁੰਦਾ ਹੈ ਕਿ ਸੈਕੰਡ ਪਲਾਨ ਜਿਹਨੂੰ ਬੈਕਅਪ ਕਹਿ ਸਕਦੇ ਆ ਉਹ ਵੀ ਜ਼ਰੂਰੀ ਹੁੰਦਾ ਸੱਚੀ ਗੱਲ ਜੀ ਸਿਮਰਨ ਜੀ ਵੈਲਕਮ ਜੀ ਨਿਊ ਵੀਟਰ ਜਿਹੜੇ ਵੀ ਨਵੇਂ ਵੀਟਰ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਉਣਾ ਨਾ ਭੁੱਲਣ ਨੋ ਨੰਬਰ ਕੁਐਸਚਨ ਹੈ ਜੀ ਮਹਣਜੀ ਦੇਖੋ ਜੀ ਗੈਸ ਲਗਾਇਆ ਜਾ ਰਿਹਾ ਹੈ ਕਿ 150 ਤੋਂ ਲੈ ਕੇ 5600 ਪੋਸਟ ਆ ਸਕਦੀ ਹੈ ਡਿਪੈਂਡ ਕਰਦਾ ਹੋਣ ਗਵਰਨਮੈਂਟ ਤੇ ਕਿ ਕਿੰਨੀ ਆਵੇਗੀ ਠੀਕ ਹੈ ਜੀ ਬਾਕੀ ਨਿਕਲਣ ਤੇ ਹੀ ਸਹੀ ਪਤਾ ਲੱਗੇਗਾ ਇਹ ਤਾਂ ਗੈਸ ਲਾਉਣ ਦਾ ਕੋਈ ਫਾਇਦਾ ਨਹੀਂ ਹੈ ਉਸ ਤੋਂ ਪਹਿਲਾਂ ਗੈਸ ਤੋਂ ਲਾਵਾ ਜਿੰਨਾ ਵੀ ਹੋ ਸਕਦੇ ਸੰਘਰਸ਼ ਜਿਹੜਾ ਚੱਲ ਰਿਹਾ ਉਹਨੂੰ ਸਹਿਯੋਗ ਦਿਓ ਜੀ ਹੰਸਰ ਪਾਈ ਗੁਦਾਸ ਜੀ ਗੁਰੂ ਅਮਰਦਾਸ ਜੀ ਦੇ ਕੀ ਲੱਗਦੇ ਸਨ ਡੀ ਆਪਸ਼ਨ ਜਿਹੜੇ ਵੀ ਚੂਜ਼ ਕਰ ਰਹੇ ਨੇ ਬਿਲਕੁਲ ਸਹੀ ਹੈ ਜੀ ਪਤੀਜੇ ਸੀ ਆਪਸ਼ਨ ਚਾਚਾ ਲਿਖਣਾ ਸੀ છછા ਪੈ ਗਿਆ ਕੁਐਸਚਨ ਨੰਬਰ 10 ਦੇਖੋ ਜੀ ਸੁਣਦੇ ਤਾਂ ਆਪਾਂ ਬਹੁਤ ਖੁਸ਼ ਹਾਂ ਜਦੋਂ ਆਉਣੀਆਂ ਪਤਾ ਉਹਦੇ ਲੱਗੇਗਾ ਸੋ ਇਸ ਲਈ ਬਸ ਹੋਪ ਜਰੂਰ ਰੱਖੋ ਕੁਐਸਚਨ ਨੰਬਰ 10 ਸ਼ਹੀਦੀ ਦੀ ਪਰੰਪਰਾ ਦੀ ਸ਼ੁਰੂਆਤ ਕਿਸ ਨੇ ਕੀਤੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰਤੇਗ ਬਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਅਨਸਰ ਬੀ ਆ ਰਿਹਾ ਜੀ ਸਭ ਦਾ ਬਿਲਕੁਲ ਸਹੀ ਹਾਂਜੀ ਬਿਲਕੁਲ ਸਹੀ ਆਪਸ਼ਨ ਹੈ ਬੀ ਗੁਰੂ ਅਰਜਨ ਦੇਵ ਜੀ ਕੁਐਸਚਨ ਨੰਬਰ 11 ਬਠਿੰਡੇ ਦੇ ਨੇੜੇ ਜਿਹੜੇ ਵਾਲੇ ਹੈ ਜੀ ਸਾਰੇ ਟੈਨਸ਼ਨ ਨਾ ਲੋਈ ਕੁਐਸਚਨ ਨੰਬਰ 11 ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ 12 17 19 21 ਸੀ ਆਪਸ਼ਨ 11 ਨੰਬਰ ਬਦਲੀ ਆ ਰਹੀ ਏ ਸਰ ਹੰਬਲਡਰ ਏਰੀਆ ਵਾਲਿਆਂ ਨੂੰ ਲੋਕਲ ਲੋਕਲ ਕੀ ਪੁੱਛ ਰਹੇ ਸੀ ਕਿ ਬਦਲੀ ਹੋ ਸਕਦੀ ਏ ਜਾਨੀ ਹਾਂਜੀ ਹਾਂਜੀ ਤਰਨੇ ਦੇ ਵੀ ਪਹੁੰਚੋ ਮੈਂ ਪਹਿਲਾਂ ਹੀ ਕਹਿ ਚੁੱਕਾ ਕਿ ਡੇਟਾ ਸੰਘਰਸ਼ ਚੱਲ ਰਿਹਾ ਉਹਦੇ ਚ ਸਹਿਯੋਗ ਦਿਓ ਤਾਂ ਹੀ ਪੋਸਟਾਂ ਹੋਰ ਜ਼ਿਆਦਾ ਅ ਵੱਧ ਸਕਦੀਆਂ ਇਨਕਰੀਜ਼ ਹੋ ਸਕਦੀਆਂ ਨੇ ਤੇ ਉਹਨਾਂ ਹੀ ਜ਼ਿਆਦਾ ਚਾਂਸਸ ਬਣ ਸਕਦੇ ਆ 11 ਨੰਬਰ ਦੇ ਲਈ 옵ਸ਼ਨ ਸੀ ਜਿਹੜੇ ਵੀ ਕਰ ਰਹੇ ਨੇ 19 ਰਾਗਾਂ ਦੇ ਵਿੱਚ ਬਿਲਕੁਲ ਸਹੀ ਹੈ ਜੀ ਕੁਐਸਚਨ ਨੰਬਰ 12 ਦੇ ਵੱਲ ਵੱਧਦੇ ਹਾਂ ਜੀ ਗੁਰਤੇਗ ਬਾਦਰ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਗੁਰਤੇਗ ਬਾਦਰ ਜੀ ਨੇ ਕਿੰਨੇ ਰਾਗਾਂ ਚ ਰਚੀ ਦੱਸੋ ਜੀ 15 17 19 12 ਹਾਂ ਜੀ ਚੂਜ਼ ਕਰੋ ਜੀ ਜੇ ਪੋਸਿਬਲ ਹੋ ਸਕੇ ਤਾਂ ਜਰੂਰ ਆਉਣਾ ਵਾਲ ਪੰਜਾਬ ਦੇ ਰਹੇ ਨੇ ਦੇ ਕੋਰ ਆਲ ਪੰਜਾਬ ਹਾਂਜੀ ਆਲ ਪੰਜਾਬ ਵੈਸੇ ਤਾਂ ਬਾਰਡਰ ਏਰੀਆ ਦੀ ਜਿਹੜੀਆਂ ਨਿਕਲੀਆਂ ਸੀ ਉਹਦੇ ਚੇ ਵੀ ਕੁਝ ਡਿਸਟ੍ਰਿਕਟ ਹੋਰ ਵੀ ਓਪਨ ਕੀਤੇ ਗਏ ਸੁਣਿਆ ਤਾਂ ਇਹ ਜਾ ਰਿਹਾ ਬਾਕੀ ਦੇਖੋ ਓਵਰ ਆਲ ਹੁਣ ਤਾਂ ਸਾਰੇ ਡਿਸਟ੍ਰਿਕਟ ਚ ਜੁਆਇਨਿੰਗ ਹੋਵੇਗੀ ਜੇ ਹੁਣ ਪੋਸਟਾਂ ਆਉਣਗੀਆਂ ਦਾ ਵੀ ਆਪਸ਼ਨ ਆ ਰਿਹਾ ਜੀ ਤੇ ਏ ਵੀ ਆ ਰਿਹਾ ਹੈ ਗੁਰਤੇਗ ਬਾਦਰ ਜੀ ਦੇ ਲਈ ਜਿਹੜਾ ਆਨਸਰ ਏ ਆਪਸ਼ਨ ਚੂਜ਼ ਕਰ ਲੈਣੇ ਆ ਉਹ ਸਾਰੇ ਸਹੀ ਆ ਬਾਕੀ ਸਾਰੇ नोट करो जी हाँ जी तेग बहादुर जी पंद्रह अमरदास जी सतारा इस तरह करैक्ट आंसर बन गए क्वेश्चन नंबर तेरह गुरु अमरदास जी ने गुरगद्दी किस उम्र से मिली इकहत् बहत्तर तिहत्र चौहत्र कविता जी कोई गल नहीं जी ज्वाइनिंग तो मिले कित मिले चाहे बॉडर एरिए हाँ जी बी सी दो दंसर आ रहे है हाँ जी तिहत् साल की उम्र के गुरगद्दी मिली बिल्कुल जी सही है जी क्वेश्चन नंबर 14 ਦੇ ਬਲਵਤ ਦੇ ਜੀ ਕੁਐਸਚਨ ਨੰਬਰ 14 ਜੀ ਦਸਵੰਦ ਦੀ ਦਸਵੰਦ ਪ੍ਰਥਾ ਦੀ ਸ਼ੁਰੂਆਤ ਕਿਸ ਨੇ ਕੀਤੀ ਥੋੜਾ ਸਪੀਡ ਨਾਲ ਆਉਂਦੇ ਜੀ ਗੁਰੂ ਰਾਮਦਾਸ ਜੀ ਗੁਰਤੇਗ ਭਦਰ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਅਰਜਨ ਦੇਵ ਜੀ ਜੀ ਕਲਾਸਾਂ ਲਾਉਣ ਦਾ ਕੋਈ ਫਾਇਦਾ ਨਹੀਂ ਹਾਂਜੀ ਦੇਖੋ ਜੀ ਕਲਾਸਾਂ ਲਾਉਣ ਦਾ ਜਾਂ ਨਾ ਲਾਉਣ ਦਾ ਇਹ ਤਾਂ ਡਿਪੈਂਡ ਕਰਦਾ ਜੀ ਕੈਂਡੀਡੇਟਸ ਤੇ ਬਥੇਰੇ ਇਦਾਂ ਨੇ ਕਲਾਸਾਂ ਨਹੀਂ ਲਗਾਉਂਦੇ ਆ ਬੁੱਕਸ ਤੋਂ ਹੀ ਪੜ੍ਹੀ ਜਾ ਰਿਹਾ ਕੋਈ ਐਡੀ ਗੱਲ ਨਹੀਂ ਹੈ ਜੀ ਕਰਨ ਵਾਲੇ ਸੈਲਫ ਸਟਡੀ ਵੀ ਕਰ ਰਹੇ ਆ ਮੇਨ ਜਿਹੜਾ ਮੁੱਦਾ ਹੈ ਜੀ ਉਥੇ ਸਹਿਯੋਗ ਦੇਣ ਦਾ ਹੈ ਕੁਐਸਚਨ ਨੰਬਰ 14 ਡੀ ਆਪਸ਼ਨ ਜਿੰਨਾ ਦਾ ਵੀ ਆ ਰਿਹਾ ਜੀ ਗੁਰੂ ਅਰਜਨ ਦੇਵ ਜੀ ਬਿਲਕੁਲ ਸਹੀ ਹੈ ਜੀ ਕੁਐਸਚਨ ਨੰਬਰ 15 ਦੇ ਵੱਲ ਵਧਦੇ ਆ ਜੀ 15 ਨੰਬਰ ਹੈ ਜੀ ਆਪਨੇ 12 ਲਈ ਕਿਹੜਾ ਛੰਦ ਵਰਤਿਆ ਅ ਗੁਰੂ ਜੀ ਦਾ ਨਾਮ ਲਿਖਣਾ ਭੁੱਲ ਗਏ ਜੀ ਆਈ ਥਿੰਕ ਅ ਕੁਐਸਚਨ 100% ਅ ਗੁਰਤੀ ਸੋਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਹੀ ਹੋਵੇਗਾ ਵੈਸੇ ਤਾਂ ਦੋਵੇਂ ਹੀ ਵਰਤੇ ਆ ਬਟ ਜ਼ਿਆਦਾ सॉरी क्वेश्चन च कन्फ्यूजन हाँ जी ठीक है भाई गुरदास जी बारे हो सकता क्योंकि वारा ओके जी भाई गुरदास जी बारी है सही है जी हाँ जी ए बी दवें ऑप्शन आ रहे हैं जेडे भी ए ऑप्शन कर रहे हैं बिल्कुल सही है जी सॉरी सॉरी ए नहीं जी भाई गुरदस जी ने निशानी बी ऑप्शन क्योंकि सरखंडी तो निशानी जे गुरु गोबिंद सिंह जी बारे गल करिए सरखंडी ज़्यादा जी बी ऑप्शन करेक्ट रहेगा पंद्रह नंबर दे हाँ जी हाँ जी निशानी सही है जी समझ जी क्वेश्चन नंबर सोलह ਗੁਰੂ ਰਾਮਦਾਸ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਹਾਂਜੀ ਗੁਰੂ ਰਾਮਦਾਸ ਜੀ ਬਾਰੇ ਪੁੱਛਿਆ ਗਿਆ ਇਸ ਵਾਰੇ ਇਸ ਵਾਰੀ ਏ ਆਪਸ਼ਨ 19 ਬੀ ਆਪਸ਼ਨ 29 ਸੀ ਆਪਸ਼ਨ 30 ਡੀ ਆਪਸ਼ਨ 31 ਬੀ ਆਪਸ਼ਨ ਆ ਰਹੀ ਜੀ 29 ਲਗਭਗ ਸਬਦ ਸਤਵੀਰ ਜੀ ਦਾ ਸੀ ਆਪਸ਼ਨ ਵੀ ਆ ਰਿਹਾ ਜੀ 29 करेक्ट ਹੈ ਜੀ ਬੀ ਆਪਸ਼ਨ ਕੁਸਚਨ ਨੰਬਰ 17 ਦੇ ਬਲ ਵੱਧਦੇ ਆ ਜੀ ਕੁਸਚਨ ਨੰਬਰ 17 ਹਾਂਜੀ ਕਿਦਰ ਤੇ ਜਾ ਜ 29 ਚ ਨਹੀਂ ਲਿਖਿਆ ਨਹੀਂ ਰਚਨਾ ਕੀਤੀ ਕੁਸਚਨ ਨੰਬਰ 17 ਗੁਰੂ ਨਾਨਕ ਦੇਵ ਜੀ ਨੇ ਕਿਹੜਾ ਸ਼ੇਰ ਵਸਾਇਆ ਗੋਇੰਦਵਾਲ ਖਡੂਰ ਸਾਹਿਬ ਕਰਤਾਰਪੁਰ ਹਰਗੋਬਿੰਦਪੁਰ ਹਰਗੋਬਿੰਦਪੁਰ ਆਨਸਰ ਸੀ ਆਪਸ਼ਨ ਆ ਰਿਹਾ ਜੀ ਕਰਤਾਰਪੁਰ टीवी मिलदे जी टी वैसे आ, गुरु अर्जुन देव जी ने ठीक है जी सी ऑप्शन जेडे भी कर रहे ने करतारपुर क्वेश्चन नंबर 18 ਦੇ ਵੱਲ ਵੱਧਦੇ ਆ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਉਤਰ ਅਧਿਕਾਰੀ ਕੌਣ ਸੀ ਏ ਆਪਸ਼ਨ ਅਜੀਤ ਸਿੰਘ ਬੀ ਆਪਸ਼ਨ ਜਜਾਰ ਸਿੰਘ ਸੀ ਆਪਸ਼ਨ ਬੰਦਾ ਬਾਦਰ ਤੇ ਡੀ ਆਪਸ਼ਨ ਗੁਰੂ ਗ੍ਰੰਥ ਸਾਹਿਬ ਹਾਂਜੀ ਡੀ অপਸ਼ਨ ਸੀ অপਸ਼ਨ ਵੈਸੇ ਜਿਆਦਾ ਡੀ অপਸ਼ਨ ਆਨਸਰ ਆ ਰਿਹਾ ਜੀ ਤੇ ਜਿਨੇ ਵੀ ਸੀ ਕੀਤਾ ਜੀ ਨੋਟ ਕਰ ਲੈਣ ਡੀ অপਸ਼ਨ ਹੀ ਫਰਕਤਾ ਜੀ ਗੁਰੂ ਗ੍ਰੰਥ ਸਾਹਿਬ ਕੁਐਸਚਨ ਨੰਬਰ 19 ਦੇ ਬਲ ਵਦਦੇ ਆ ਜੀ ਗੰਗਸਰ ਸਰੋਵਰ ਕਿੱਥੇ ਹੈ ਕਰਤਾਰਪੁਰ ਤਰਨਤਾਰਨ ਮਕਸਰ ਆਨੰਦਪੁਰ ਸਾਹਿਬ ਗੰਗਸਰ ਸਰੋਵਰ ਕਿੱਥੇ ਹੈ ਕਿਹੜੀ ਜਗ੍ਹਾ ਹੈ ਜੀ ਚੂਜ਼ ਕਰੋ ਜੀ ਬੀ ਆਪਸ਼ਨ ਆ ਰਿਹਾ ਜੀ ਤਰਨ ਤਰਨ ਬਿੱਖੀ ਜੀ ਕਵਿਤਾ ਜੀ ਏ ਕਰ ਰਹੇ ਪਰਮਜੀਤ ਜੀ ਸਾਗਰ ਜੀ ਏ ਆਪਸ਼ਨ ਪ੍ਰੀ ਜੀ ਸੀ ਆਪਸ਼ਨ ਕਰ ਰਹੇ ਨੇ ਸੋ ਜਿਹੜੇ ਵੀ ਏ ਆਪਸ਼ਨ ਦੇ ਵੱਲ ਜਾ ਰਹੇ ਨੇ ਕਰਤਾਰਪੁਰ ਬਿਲਕੁਲ ਸਹੀ ਹੈ ਜੀ ਬਾਕੀ ਸਾਰੇ ਨੋਟ ਕਰ ਲੈਣ ਜੀ ਜਿਨ੍ਹਾਂ ਦਾ ਕੋਈ ਹੋਰ ਆਨਸਰ ਆਇਆ ਕੁਐਸਚਨ ਨੰਬਰ ਵੀ ਹਾਉ ਮੈ ਧੀਰਗ ਰੋਗ ਹੈ ਦਾਰੂ ਵੀ ਇਸਮਾਇ 17 ਕਿਸ ਦੀਆਂ ਹਨ اے অপশন গুরু নানক দেব ਜੀ বি অপশন ਗੁਰੰਗ德 ਦੇਵ ਜੀ ਸੀ অপশন ਗੁਰੂ ਅਮਰਦਾਸ ਜੀ ਡੀ অপশন ਗੁਰੂ ਰਾਮਦਾਸ ਜੀ ਕਰੋ ਜੀ ਆਨਸਰ ਬੀ অপশন ਆ ਰਿਹਾ ਜੀ हां जी ਗगन ਜੀ ਦਾ ਏ ਆ ਰਿਹਾ বাকি ਸਭ ਦਾ ਬੀ অপশন ਹਰਜਿੰਦਰ ਜੀ ਗੁਰਮੀਤ ਜੀ ਗੋਇਲ ਜੀ ਏ অপশন ਬਾਕੀ ਸਾਰੇ ਬੀ অপশন ਵੱਲ ਜਾ ਰਹੇ ਨੇ ਸੋ ਜਿਹੜੇ ਵੀ ਬੀ অপশন ਵੱਲ ਜਾ ਰਹੇ ਨੇ ਬਿਲਕੁਲ கரெக்ட் ਹੈ ਜੀ ਸਬਦ ਕਵੈਸਚਨ ਨੰਬਰ 21 ਦੇ ਬਲਵੱਦ ਹੈ ਜੀ ਭਾਈ ਗੁਰਦਾਸ ਵਾਲੀ ਬੀੜ ਵਿੱਚ ਪੰਨਾ 541 ਉੱਤੇ ਕਿਸ ਦੇ ਹਸਤਾਖਰ ਹਨ اے ਆਪਸ਼ਨ ਗੁਰੂ ਅਮਰਦਾਸ ਜੀ ਬੀ ਆਪਸ਼ਨ ਗੁਰੂ ਅਮਰਦਾਸ ਸੌਰੀ ਬੀ ਆਪਸ਼ਨ ਗੁਰੂ ਅਰਜਨ ਦੇਵ ਜੀ ਸੀ ਆਪਸ਼ਨ ਗੁਰੂ ਹਰਗੋਬਿੰਦ ਜੀ ਡੀ ਆਪਸ਼ਨ ਗੁਰੂ ਗੋਬਿੰਦ ਸਿੰਘ ਜੀ ਕਰੋ ਜੀ ਅਨਸਰ ਕਵੈਸਚਨ ਨੰਬਰ 21 ਦੇ ਲਈ ਸੀ অপਸ਼ਨ ਆ ਰਿਹਾ ਜੀ 22 ਦਾ ਕਿੱਥੋਂ ਆ ਗਿਆ ਜੀ 21ਵਾਂ ਚੱਲ ਰਿਹਾ ਜੀ ਸੀ অপਸ਼ਨ ਗੁਰੂ ਹਰਗੋਬਿੰਦ ਸਿੰਘ ਜੀ ਕਾਫੀ ਜਣਿਆਂ ਦਾ ਸੀ অপਸ਼ਨ ਆ ਰਿਹਾ ਜੀ ਹਾਂ ਜੀ ਗੁਰੂ ਹਰਗੋਬਿੰਦ ਸਿੰਘ ਜੀ ਬਿਲਕੁਲ கரੈਕਟਾ ਜੀ ਵੈਰੀ ਗੁੱਡ ਜੀ ਕੁਐਸਚਨ ਨੰਬਰ 22 ਦੇ ਵੱਲ ਵਧਦੇ ਹਾਂ ਜੀ ਗੁਰੂ ਰਾਮਦਾਸ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਾਮਦਾਸ ਜੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੀ ਬਾਣੀ ਦਰਜ ਹੈ 897 ਸ਼ਬਦ 876 ਸ਼ਬਦ 697 ਸ਼ਬਦ 679 ਸ਼ਬਦ ਗੁਰੂ ਰਾਮਦਾਸ ਜੀ ਦੀ ਬਾਣੀ ਪੁੱਛੀ ਜੀ ਸੀ ਆਪਸ਼ਨ ਵਿਕੀ ਜੀ ਭੋਲੀ ਜੀ ਪੂਨਮ ਜੀ ਦਾ ਡੀ ਸਾਗਰ ਜੀ ਸ਼ੈਲੀ ਜੀ ਬਿਮਲ ਜੀ ਹਰਜਿੰਦਰ ਜੀ ਪ੍ਰੀਤ ਜੀ ਡੀ ਆਪਸ਼ਨ ਪ੍ਰੀਤ ਜੀ ਬੀ ਆਪਸ਼ਨ ਵੱਲ ਜਾ ਰਹੇ ਨੇ ਲਗਭਗ ਜ਼ਿਆਦਾਤਰ ਡੀ ਆਪਸ਼ਨ 679 ਬਿਲਕੁਲ ਜੀ ਸਹੀ ਕੁਐਸਚਨ ਨੰਬਰ 23 हां जी हां जी, 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 जी सिंह नहीं सी सॉरी जी बाय मिस्टेक हो गया जी ऐड क्वेश्चन नंबर 23 गुरु गोविंद सिंह जी दी स्वजीवनी केड़ी है दस ਦਸ਼ਮ ਗ੍ਰੰਥ ਬਚਿੱਤਰਨਾਟਕ ਗਿਆਨ ਪ੍ਰਬੋਧ ਇਹਨਾਂ ਵਿੱਚੋਂ ਕੋਈ ਵੀ ਨਹੀਂ ਦੇਖੋ ਜੀ ਮੈਂ ਰੋਡ ਤੇ ਨਹੀਂ ਬੈਠਾ ਬਟ ਘਰ ਦੇ ਨਾਲ ਰੋਡ ਜ਼ਰੂਰ ਹੈ 메인 ਰੋਡ ਇਸ ਕਰਕੇ ਕਾਫੀ ਚੱਲਦਾ ਰਹਿੰਦਾ ਰਾਤ ਨੂੰ ਵੀ ਸੋ ਬੈਕਗ੍ਰਾਉਂਡ ਜਿਹੜਾ ਆਇ ਤੁਹਾਨੂੰ ਸੁਣਾਈ ਦੇ ਰਹੀ ਹੋਵੇ ਕਿ ਬੀ ਆਪਸ਼ਨ ਆ ਰਿਹਾ ਜੀ ਸਬਦਾ ਬਿਲਕੁਲ ਸਹੀ ਆਪਸ਼ਨ ਹੈ ਬਚਿੱਤਰਨਾਟਕ ਕੁਐਸਚਨ ਨੰਬਰ 24 13 ਕੀ ਆ ਮੀਠਾ ਲੱਗੇ ਕਿਸ ਦੀਆਂ 17 ਹਨ ਇਹ ਆਪਸ਼ਨ ਗੁਰੂ ਨਾਨਕ ਦੇਵ ਜੀ ਬੀ ਆਪਸ਼ਨ ਗੁਰੂ ਅੰਗਦ ਦੇਵ ਜੀ ਸੀ ਆਪਸ਼ਨ ਗੁਰੂ ਅਮਰਦਾਸ ਜੀ ਡੀ ਆਪਸ਼ਨ ਗੁਰੂ ਅਰਜਨ ਦੇਵ ਜੀ ਹਾਂਜੀ ਕਰ ਦਿਓ ਜੀ ਅੰਸ 24 ਨੰਬਰ ਦੇ ਲਈ ਡੀ ਆਪਸ਼ਨ ਆ ਰਿਹਾ ਜੀ ਮੈਕਸਿਮਮ ਡੀ ਅੰਸਰ ਬਿਲਕੁਲ ਸਹੀ ਜਾ ਰਿਹਾ ਜੀ ਸਾਰੇ ਡੀ অপশন ਦੇਵਲ ਸਹੀ ਹੈ ਜੀ ਕੁਐਸਚਨ ਨੰਬਰ 25 ਪੱਟੀ ਬਾਣੀ ਕਿਸ ਰਾਗ ਵਿੱਚ ਹੈ এ অপশন ਬਿਲਾਵਲ ਬੀ অপশন ਗੌੜੀ ਸੀ অপশন ਆਸਾ ਤੇ ਡੀ অপশন ਸੋਹੀ ਕਰੋ ਜੀ ਅਨਸਰ ਸੀ ਗੁਰਪ੍ਰੀਤ ਜੀ ਕਵਿਤਾ ਜੀ ਪੂਨਮ ਜੀ ਮੰਗੂ ਜੀ ਸ਼ਬਦ ਸੀ ਜਾਂਛ ਦੀ ਤੇ ਜੀ ਜੀ ਬੀ অপਸ਼ਨ ਕਰ ਰਹੇ ਨੇ ਮੋਸਟਲੀ ਸੀ অপਸ਼ਨ ਵੱਲ ਜਾ ਰਹੇ ਆ ਸਾਰੇ ਹੱਸ ਬਿਲਕੁਲ ਜੀ ਆਸਰਾਗ ਦੇ ਵਿੱਚ ਹੈ ਪੱਟੀ ਬਾਣੀ ਕੁਐਸਚਨ ਨੰਬਰ 26 ਦੇ ਵੱਲ ਵੱਧਦੇ ਆ ਜੀ ਗੁਰੂ ਅਮਰਦਾਸ ਜੀ ਨੇ ਕਿੰਨੀਆਂ ਵਾਰਾਂ ਲਿਖੀਆਂ ਗੁਰੂ ਅਮਰਦਾਸ ਜੀ ਨੇ ਕਿੰਨੀਆਂ ਵਾਰਾਂ ਰਚੀਆਂ 2 3 4 6 ਕਰੋ ਜੀ ਅੰਸ ਸੀ ਆਨਸਰ ਆ ਰਿਹਾ ਜੀ ਹਰਿੰਦਰ ਜੀ ਗੁਰਪ੍ਰੀਤ ਜੀ ਪੂਨਮ ਜੀ ਕਵਿਤਾ ਜੀ ਸੰਦਰਾ ਜੀ ਗੋਇਲ ਜੀ ਠੀਕ ਹੈ ਜੀ ਸਬਦਪੁਰ कौर ਜੀ ਸ਼ੈਲੀ ਜੀ ਬਿਮਲ ਜੀ ਅਰਜਿੰਦਰ ਜੀ ਸਚਿੰਜ ਜੀ ਜਗਜੀਤ ਜੀ ਓਕੇ ਜੀ ਚਾਰ ਬਿਲਕੁਲ கரੈਕਟ ਆਨਸਰ ਕੁਐਸਚਨ ਨੰਬਰ 27 ਦੇਵਲ ਵਦਿਆ ਜੀ ਕਿਹੜੇ ਕਿਹੜੇ ਰਾਗ ਦੇ ਵਿੱਚ ਉਹ ਵੀ ਤੁਸੀਂ ਨੋਟ ਕਰ ਸਕਦੇ ਹੋ ਗੁਜਰੀ ਸੋਈ ਰਾਮਕਲੀ ਮਾਰੂ ਕਵੈਸਚਨ ਨੰਬਰ 27 ਜੀ ਗੁਰੂ ਅਰਜਨ ਦੇਵ ਜੀ ਦਾ ਮੱਦ ਸੌਰੀ ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਸ਼ਾਸਕ ਕੌਣ ਸੀ ਏ ਆਪਸ਼ਨ ਅਕਬਰ ਬੀ ਆਪਸ਼ਨ ਜਹਾਂਗੀਰ ਸੀ ਆਪਸ਼ਨ ਦੋਵੇਂ ਤੇ ਡੀ ਆਪਸ਼ਨ ਇਹਨਾਂ ਵਿੱਚੋਂ ਕੋਈ ਵੀ ਨਹੀਂ ਆਨਸਰ ਸੀ 27 ਦਾ ਬੀ ਆ ਰਿਹਾ ਜੀ 사ਗਰ ਜੀ ਬਾਕੀ ਸਾਰੇ ਸੀ ਆਪਸ਼ਨ ਬੋਲ ਜਾ ਰਹੇ ਨੇ ਭੋਨਮ ਜੀ ਬੀ ਬਾਕੀ ਸਭ ਦਾ ਸੀ ਆਪਸ਼ਨ ਬੋਥ ਬਿਲਕੁਲ ਜੀ ਠੀਕ ਹੈ ਜੀ ਦੋਵੇਂ ਹੀ ਸੀ ਆਪਸ਼ਨ ਪ੍ਰਿੰਕਾ ਜੀ ਸੀ ਠੀਕ ਹੈ ਜੀ ਸੋ ਜਿਹੜੇ ਵੀ ਨਵੇਂ ਵੀਟਰ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਉਣਾ ਨਾ ਭੁੱਲਣ ਕੁਐਸਚਨ ਨੰਬਰ 28 ਜਫਰਨਾਮਾ ਤੇ ਹੀਕਾਇਤਾਂ ਕਿਸ ਬਾਸ਼ਾ ਵਿੱਚ ਹਨ ਦੇਖੋ ਜੀ ਜਫਰਨਾਮੇ ਦੇ ਕਰਕੇ ਤੁਹਾਨੂੰ ਆਸਾਨੀ ਨਾਲ ਪਤਾ ਲੱਗ ਜਾਏਗਾ ਕਿ ਕਿਸ ਬਾਸ਼ਾ ਦੇ ਵਿੱਚ ਸੀ ਇਹ ਕਾਇਤਾਂ ਪਰ ਜੇਕਰ ਹਕਾਇਤਾਂ ਇਕੱਲਾ ਆ ਜਾਵੇ ਤਾਂ ਥੋੜੀ ਕਨਫਿਊਜ਼ਨ ਪੈਦਾ ਕਰ ਸਕਦਾ ਹੈ ਪਰ ਇਹ ਕਨਫਿਊਜ਼ਨ ਤੁਹਾਨੂੰ ਹੁਣ ਨਹੀਂ ਰਹੇਗੀ ਜਿਹੜੇ ਵੀ ਸਟੂਡੈਂਟ ਇਸ ਕਲਾਸ ਦੇ ਵਿੱਚ ਨੇ ਠੀਕ ਹੈ ਜੀ ਜਿਹੜੇ ਵੀ ਕਲਾਸ ਅਟੈਂਡ ਕਰ ਰਹੇ ਨੇ ਉਹਨਾਂ ਨੂੰ ਇਹ ਕਨਫਿਊਜ਼ਨ ਨਹੀਂ ਰਹੇਗੀ ਕਿ ਹਕਾਇਤਾਂ ਕਿਸ ਬਾਸ਼ਾ ਦੇ ਵਿੱਚ ਆ ਕਿਉਂਕਿ ਇਹ ਕੁਐਸਚਨ ਇਸ ਤਰ੍ਹਾਂ ਬਣਾਇਆ ਹੈ ਕਿ ਯਾਦ ਹੋ ਜੇ ਹਕਾਇਤਾਂ ਵੀ ਜਫਰਨਾਮਾ ਦੇ ਨਾਲ-ਨਾਲ जफरनामा का सबनों पता है कि फारसी के पर एकतान की कन्फ्यूजन तो हमेशा होगी सो हूँ नहीं रहेगी वो कन्फ्यूजन क्योंकि एक क्वेश्चन ही जफरनामा दे रला के बनाया है तो आंसर सेम है फारसी क्वेश्चन नंबर उन्ती के जी अच्छा जी सरताज ने भी गाया हाँ जी जफरनामा ठीक है गाया ਕਵੈਸਚਨ ਨੰਬਰ 29 ਮੈਨ ਲੱਗਿਆ ਹਿਕਾਇਤਾਂ ਗੁਰੂ ਜੀ ਨੇ ਬਾਬਰ ਦੇ ਤੀਜੇ ਹਮਲੇ ਨੂੰ ਕੀ ਕਿਹਾ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਤੀਜੇ ਹਮਲੇ ਨੂੰ ਕੀ ਕਿਹਾ ਜੀ ਆਨਸਰ ਡੀ ਹੈ ਪਾਪਾਂ ਦੀ ਜੰਨ ਬਿਲਕੁਲ ਠੀਕ ਹੈ ਜੀ ਕਵੈਸਚਨ ਨੰਬਰ 30 ਦੇ ਬਲ ਵਦਿਆ ਤੇ ਆਈ ਦੇ ਆਖਰੀ ਕਵੈਸਚਨ ਦੇ ਬਲ ਕਵੈਸਚਨ ਵਲ ਵਦਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤੇ ਜਾਂਦੇ ਜਾਂਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਣਾ ਕੁਐਸਚਨ ਨੰਬਰ 30 ਤੇ ਆਖਰੀ ਕੁਐਸਚਨ ਹੈ ਜੀ ਵਾਰ ਜੈਸਰੀ ਦੀ ਕਿਸ ਦੀ ਰਚਨਾ ਹੈ ਏ ਆਪਸ਼ਨ ਗੁਰੂ ਨਾਨਕ ਦੇਵ ਜੀ ਬੀ ਆਪਸ਼ਨ ਗੁਰੂ ਅੰਗਦ ਦੇਵ ਜੀ ਸੀ ਆਪਸ਼ਨ ਗੁਰੂ ਅਮਰਦਾਸ ਜੀ ਡੀ ਆਪਸ਼ਨ ਗੁਰੂ ਅਰਜਨ ਦੇਵ ਜੀ ਅਗੇਨਸ ਆਫ ਦਾ ਡੀ ਆਪਸ਼ਨ ਆ ਰਿਹਾ ਜੀ ਸੋ ਫਿਰ ਮੈਂ ਰਿਕਵੈਸਟ ਕਰਨਾ ਚਾਹਾਂਗਾ ਕਿ ਚੰਦੇ ਜਾਂਦੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਜਾਣਾ ਤਾਂ ਕਿ ਨੋਟੀਫਿਕੇਸ਼ਨ ਤੁਹਾਨੂੰ ਸਭ ਨੂੰ ਸੌਰੀ ਮੈਨੂੰ ਮੋਟੀਵੇਸ਼ਨ ਮਿਲਦਾ ਰਹੇ ਤੇ ਜਿਹੜੇ ਵੀ ਨਵੇਂ ਵੀਡਰ ਨੇ ਉਹ ਚੈਨਲ ਨੂੰ ਸਭ ਸਬਸਕ੍ਰਾਈਬ ਜਰੂਰ ਕਰਦੇਣ ਤਾਂ ਕਿ ਮੈਂ ਡੀ ਹੋ ਜਾਊਗਾ ਤੁਸੀਂ ਫਾਸੇ ਬੋਲ ਲੈਂਦੇ ਹੋ ਥੈਂਕ ਯੂ ਸੋ ਮੱਚ ਸੋ ਆਨਸਰ ਹੈ ਜੀ ਡੀ ਗੁਰੂ ਅਰਜਨ ਦੇਵ ਜੀ ਓਕੇ ਜੀ ਬਾਏ ਬਾਏ ਐਂਡ ਟੇਕ ਕੇਅਰ ਜੀ ਅਮਨ ਜੀ ਕੋਈ ਬੈਸਟ ਬੁੱਕ ਨਹੀਂ ਹੈ ਕੋਈ ਸਿੰਗਲ ਬੁੱਕ ਦੀ ਗੱਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਸਿਲੇਬਸ ਬਹੁਤ ਵਾਈਡ ਹੈ ਇਸ ਕਰਕੇ ਕੋਈ ਇਸ ਤਰ੍ਹਾਂ ਦੀ ਬੁੱਕ ਨਹੀਂ ਹੈ ਜਿਹੜੀ ਸਾਰਾ ਸਿਲੇਬਸ ਕਵਰ ਕਰਦੀ ਹੋਵੇ ਵਾਕਿਵਾਕ ਬੁੱਕ ਤੋਂ ਤਿਆਰੀ ਕਰੋ ਜਿੰਨਾ ਹੋ ਸਕੇ ਜਿਆਦਾ ਪੜਿਆ ਜਾਵੇ ਪੜੋ ਮਿਲਦੇ ਹਾਂ ਕੱਲ ਨੂੰ ਠੀਕ 9:00 ਤੱਕ ਤਕਲੀਬ ਬਾਏ ਬਾਏ ਐਂਡ ਟੇਕ ਕੇਅਰ ਜੀ Thank you, Sabda, again. Bye bye. Take care. Good night. Sweet dream.